ਤਾਂ ਦੋਸਤੋ ਹੁਣ ਆਪਾਂ ਜਾ ਰਹੇ ਹਾਂ ਲਵਰ ਪੁਆਇੰਟ, ਇਹੀ ਜਾਣਾ ਪੈ ਗਿਆ ਸਾਨੂੰ, ਮੰਕੀ ਪੁਆਇੰਟ ਮੇਨ ਆ। ਖਾਂਦੇ ਨੂੰ ਛੇੜ ਲਿਆ ਉਹਨੇ, ਦੋ ਬਾਂਦਰਾਂ ਨੇ। ਸਟੈਮੇ ਦੀ ਕਿੱਡੀ ਮੋਟੀ ਆ, ਹੈਰਾਨੀ ਹੁੰਦੀ ਆ ਦੋਸਤੋ ਆਹ ਚੀਜ਼ ਦੇਖਣ ਵਾਲੀ। ਤਾਂ ਹਾਂਜੀ ਦੋਸਤੋ ਵੈਲਕਮ ਬੈਕ, ਕੀ ਹਾਲ ਚਾਲ। ਹੁਣ ਆਪਾਂ ਜਾ ਰਹੇ ਹਾਂ ਕਸੌਲੀ। ਕਸੌਲੀ ਦਾ ਇੱਥੇ ਕੌਣ ਆਉਂਦੇ ਹੁੰਦੇ ਸੀ ਉਹ ਵੀ ਤੁਹਾਨੂੰ ਦੱਸੂਗਾ ਜਾ ਕੇ। ਫਿਲਹਾਲ ਤੁਸੀਂ ਮਾਰਕੀਟ ਦੇਖ ਸਕਦੇ ਹੋ ਦੋਸਤੋ, ਸ਼ੀਸ਼ਾ ਬੰਦ ਕਰ ਦੇ। ਕਸੌਲੀ ਇੱਥੋਂ ਸਿੱਧਾ ਹੀ ਆ, ਕਈ ਵਾਰ ਅਸੀਂ ਮੁੜੇ ਹਾਂ ਇੱਥੇ, ਜਿਵੇਂ ਆਹ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ, ਇਹ ਲੋਕੇਸ਼ਨ ਰੇਂਜ ਨਹੀਂ ਨਾ ਹੁੰਦੀ ਉਸ ਕਰਕੇ ਗਲਤ ਹੋ ਜਾਂਦਾ, ਕਈ ਵਾਰ ਅੱਗੇ ਕਈ ਵਾਰ ਪਿੱਛੇ, ਰੇਂਜ ਦੀ ਪ੍ਰੋਬਲਮ ਆ ਇੱਥੇ ਬਹੁਤ। ਵਿਊ ਦੇਖੋ, ਵਿਊ ਸੋਚਿਆ ਤੁਹਾਨੂੰ ਵੀ ਵਿਊ ਦਿਖਾਇਆ ਜਾਵੇ, ਰੂਟਸ ਦਿਖਾਏ ਜਾਣ। ਪਹਿਲਾ ਵਲੌਗ ਦੇਖਿਆ ਸੀ ਤੁਸੀਂ? ਸ਼ਾਂਤੀ ਭਰਾ ਏਰੀਆ, ਸੋਚ ਸਕਦੇ ਹਾਂ ਆਪਾਂ ਕਿ ਉਸ ਟਾਈਮ ਇਹ ਇਲਾਕੇ 'ਚ ਬਾਬਾ ਜੀ ਘੁੰਮਦੇ ਹੋਣਗੇ ਬਚਪਨ ਵਿੱਚ, ਜਿਵੇਂ ਤੁਸੀਂ ਬਾਬਾ ਜੀ ਦਾ ਸਕੂਲ ਦੇਖਿਆ ਪਿਛਲੇ ਵਲੌਗ 'ਚ, ਅੰਦਰੋਂ ਬਾਹਰੋਂ ਸਭ ਕੁਛ ਅਤੇ ਹਿਸਟਰੀ ਉਹਨਾਂ ਦੀ ਤੁਸੀਂ ਪਤਾ ਕੀਤੀ। ਇੱਥੇ ਰੂਮਸ ਅਵੇਲੇਬਲ ਨੇ, ਸਹੀ ਜਾ ਰਹੇ ਨਾ ਸਿਕੰਦਰ ਆਪਾਂ, ਇਹਨੂੰ ਘੁਮਾਈਏ ਇਹਨੂੰ। ਰੂਟਸ ਦਾ ਬਹੁਤ ਦੋਸਤੋ ਮਜ਼ਾ ਹੁੰਦਾ, ਸਾਰਾ ਰੂਟਸ ਦਾ ਹੀ ਮਜ਼ਾ ਹੁੰਦਾ। ਬਹੁਤ ਵਧੀਆ ਸਾਈਟ 'ਤੇ ਜਾ ਰਹੇ ਆਪਾਂ, ਆਹ ਦੇਖੋ ਉਹ ਪਰਛਾਵਾਂ ਦੇਖੋ ਕਿੰਨਾ ਪਰਛਾਵਾਂ ਬੱਦਲ ਦਾ, ਹੈ ਨਾ ਪਹਾੜ ਦਾ ਪਰਛਾਵਾਂ ਕੀ ਬੱਦਲ ਦਾ, ਪਹਾੜੀ ਕਾਲਾ ਵਾ। ਵਿਊ ਦੇਖੋ ਦੋਸਤੋ ਕਿਆ ਬਾਤ ਆ, ਆਹ ਦੇਖੋ ਲਿਖਿਆ ਕਸੌਲੀ 3 ਕਿਲੋਮੀਟਰ, 3 ਵਾਈਡ ਐਂਗਲ 'ਚ ਨਹੀਂ, ਇੱਦਾਂ ਦਿਖਾਉਂਦੇ ਮੇਰੇ ਖਿਆਲ। ਓਹੋ ਤਾਂ ਵੀ ਇੰਜੋਏ ਕਰ ਸਕਦੇ ਹੋ ਤੁਸੀਂ। ਅਸੀਂ ਉਦੋਂ ਸਨੋਫਾਲ ਦੇ ਚੱਕਰ 'ਚ ਨਾ ਲੇਟ ਹੋ ਗਏ ਫਿਰ ਵੀ, ਪਰ ਸਨੋਫਾਲ ਪਈ ਨਹੀਂ ਨਾ ਇੱਥੇ ਨਾ ਉੱਥੇ ਸ਼ਿਮਲਾ। ਸ਼ਿਮਲਾ ਜੇ ਹੈਗੀ ਉਮੀਦ ਸਨੋਫਾਲ ਦੀ। ਇਹ ਦੋਸਤੋ ਮਾਰਕੀਟ ਦੇਖ ਸਕਦੇ ਹੋ ਤੁਸੀਂ ਕਸੌਲੀ ਦੀ, ਇੱਥੇ ਅੱਗੇ 2-3 ਜਗ੍ਹਾ ਹੈਗੀਆਂ ਨੇ, ਮੰਕੀ ਪੁਆਇੰਟ ਆ ਇੱਕ, ਪਤਾ ਨਹੀਂ ਕੀ ਆ। ਮਾਹੌਲ ਤਾਂ ਬਹੁਤ ਬਣਿਆ ਹੋਇਆ ਵਧੀਆ, ਪਰ ਟੂਰਿਸਟ ਘੱਟ ਆਏ ਨੇ, ਠੰਡ ਤਾਂ ਹੈਗੀ ਆ। ਅਤੇ ਹਾਂ ਵੀ ਕਿੱਦਾਂ ਕਰਨਾ, ਮੰਕੀ ਪੁਆਇੰਟ ਜਾਣਾ, ਇੱਕ ਮੰਕੀ ਪੁਆਇੰਟ ਇੱਕ ਹੈਗਾ, ਕਿਹੜਾ ਪੁਆਇੰਟ ਦੱਸਿਆ ਸੀ, ਲਵਰ ਪੁਆਇੰਟ, ਲਵਰਸ ਪੁਆਇੰਟ ਹੈਂ, ਕਪਲ ਲਈ ਹੈ ਇੱਥੇ, ਕਿੱਥੇ ਕਪਲ ਆ ਯਾਰ, ਆਪਾਂ ਪਹਿਲਾਂ ਹੀ ਮੁੜ ਜਾਂਦੇ ਹਾਂ ਨਾ ਥੋੜ੍ਹਾ ਜਿਹਾ ਜਾ ਕੇ, ਅਤੇ ਅੱਗੇ ਜਾ ਕੇ ਮੰਕੀ ਪੁਆਇੰਟ ਕੀ ਬਾਂਦਰ ਬੁੰਦਰ ਹੋਣੇ ਉੱਥੇ। ਹਾਂ ਅਤੇ ਦੋਸਤੋ ਇੱਥੇ ਪਾਰਕਿੰਗ 130 ਰੁਪਏ ਟਿਕਟ ਆ, ਉਹ ਖੜਾ ਕੇ ਅੱਗੇ ਟੈਕਸੀ 500 ਰੁਪਏ ਲਊਗੀ ਤੁਹਾਨੂੰ ਪੂਰਾ ਘੁਮਾਉਣ ਦਾ, ਗੱਡੀ ਅੱਗੇ ਜਾਣ ਨਹੀਂ ਦਿੰਦੇ। ਆਹ ਕੌਣ ਖੜਾ ਵੀ, ਦੇਖ ਕੇ ਸਮਝ ਗਿਆ ਸੀ ਮੈਂ, ਮੇਜਰ ਧਿਆਨ ਚੰਦ
ਉੱਤੇ ਹੈਰੀਟੇਜ ਲਿਖ ਇਹ ਲਿਖਿਆ ਹੋਇਆ ਕੀ ਆ ਤਾਂ ਦੋਸਤੋ ਹੁਣ ਆਪਾਂ ਜਾ ਰਹੇ ਹਾਂ ਲਵਰ ਪੁਆਇੰਟ ਇਹੀ ਜਾਣਾ ਪੈ ਗਿਆ ਸਾਨੂੰ ਮੰਕੀ ਪੁਆਇੰਟ ਮੇਨ ਆ ਪਰ ਇਹ ਕੋਲ ਆ ਥੋੜ੍ਹਾ 2-2.5 ਕਿਲੋਮੀਟਰ ਉਹ 4 ਕਿਲੋਮੀਟਰ ਆ ਅਤੇ ਇਹ ਗੱਡੀਆਂ ਉੱਤੇ ਖੜਵਾ ਲੈਂਦੇ ਨੇ ਗੱਡੀ ਅੰਦਰ ਜਾਣ ਨਹੀਂ ਦਿੰਦੇ ਨਾ ਇਸ ਲਈ ਜਾਂ ਤਾਂ ਪੈਦਲ ਜਾਓ ਜਾਂ ਤਾਂ ਫਿਰ ਟੈਕਸੀ ਕਰਕੇ ਜਾਓ ਟੈਕਸੀ ਵਾਲੇ 500 ਲੈਣਗੇ ਅਤੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਕਸੌਲੀ ਦਾ ਲਵਰਸ ਪੁਆਇੰਟ ਸਨਸੈਟ ਵੀ ਉੱਥੇ ਹੁੰਦਾ ਵਾ ਦੇਖਦੇ ਹਾਂ ਜਾ ਕੇ ਬਾਕੀ ਸਾਰੇ ਹੀ ਘੁੰਮਣ ਜਿੱਥੇ ਖੜ੍ਹ ਜਾਓ ਤੁਸੀਂ ਘੁੰਮਣ ਵਾਲੀ ਜਗ੍ਹਾ ਹੀ ਹੋ ਜਾਂਦੀ ਉਹ ਵਿਊ ਦੇਖ ਸਕਦੇ ਹੋ ਤੁਸੀਂ ਤਾਂ ਦੋਸਤੋ ਆਪਾਂ ਨੇ ਸਨੈਕ ਸਨੂਕ ਕਰ ਲਿਆ ਕੁਛ ਹੁਣ ਚੜ੍ਹਦੇ ਹਾਂ ਚੜ੍ਹਾਈ ਚੜ੍ਹੀ ਜਾਂਦੇ ਹਾਂ ਟੂਰਿਸਟ ਆ ਨਹੀਂ ਰਹੇ ਇੱਥੇ ਕੋਈ ਸ਼ਾਇਦ ਟੂਰਿਸਟ ਉੱਦਾਂ ਹੀ ਘੱਟ ਹੋਊਗਾ ਹੈ ਨਾ ਕਿੱਥੇ ਜਾ ਰਹੇ ਆਪਾਂ ਲਵਰ ਪੁਆਇੰਟ ਮੰਕੀ ਪੁਆਇੰਟ ਉਹ ਵੀ ਦਿਖਾਵਾਂਗੇ ਤੁਹਾਨੂੰ ਮੈਂ ਸੋਚਿਆ ਤੁਹਾਨੂੰ ਇਹ ਲੋਕੇਸ਼ਨ ਦਿਖਾਈ ਜਾਵੇ ਨਾ ਬਹੁਤ ਜ਼ੋਰ ਹੋਇਆ ਚੜ੍ਹੇ ਵੀ ਜਾ ਰਹੇ ਉੱਥੇ ਸਿੰਦਰੀ ਵਿਊ ਪੁਆਇੰਟ ਅੱਗੇ ਬਹੁਤ ਮਿਲੂਗਾ ਕੰਮ ਉਹਨੂੰ ਕਿਹੜਾ ਬਹੁਤ ਪਿੱਛੇ ਮੁੜ ਕੇ ਦੇਖ ਰਿਹਾ ਕਹਿੰਦਾ ਮੈਨੂੰ ਚੇੜ ਦਿਓ ਕਹਿੰਦਾ ਮੈਨੂੰ ਚੇੜ ਦਿਓ ਜੇ ਕੁਛ ਹੈਗਾ ਤਾਂ ਪਾਓ ਨਹੀਂ ਤਾਂ ਜਾਣ ਦਿਓ ਮੈਨੂੰ ਉਹ ਵਲੋਗ ਦੇਖਿਆ ਸੀ ਉਹ ਡੈਮ ਵਾਲਾ ਉਹ ਜਿਹੜਾ ਮੇਰਾ ਦੋਸਤ ਆ ਉਹ ਤਾਂ ਪੈ ਗਏ ਸੀ ਉਹਨੂੰ ਇਕੱਠੇ ਹੀ ਪੈ ਗਏ ਸਾਰੇ ਉਹਨੂੰ ਛੇੜੋ ਨਾ ਇਹਨਾਂ ਨੂੰ ਕੀ ਕਿੱਥੇ ਉਹ ਅੱਛਾ ਇਹ ਉਹ ਆ ਯਾਰ ਬੜੀਆਂ ਤੋੜੀਆਂ ਇਹ ਮੈਂ ਬਚਪਨ 'ਚ ਬਹੁਤ ਤੋੜੀਆਂ ਉਹ ਨਹੀਂ ਉੱਥੇ ਹੀ ਅਸੀਂ ਰਹਿੰਦੇ ਸੀ ਜਦ ਜੰਮੂ ਰਹਿੰਦੇ ਸੀ ਅਸੀਂ ਉਹ ਬਹੁਤ ਤੋੜ ਤੋੜ ਕੇ ਬੋਰੀਆਂ ਭਰੀਆਂ ਨੇ ਮੈਂ ਇਹ ਕੀ ਦੱਸਾਂ ਹੁਣ ਤੁਹਾਨੂੰ ਦੱਸੂ ਕਦੇ ਸਟੋਰੀ ਪੁਰਾਣੇ ਬੰਦਿਆਂ ਨੂੰ ਪਤਾ ਉਹ ਕਹਿੰਦੇ ਇਹਨੂੰ ਯਾਰ ਚੀੜ ਦੇ ਪੇੜ ਚੁੱਕਦੀਆਂ ਨੇ ਇਹ ਕੁਛ ਕਹਿੰਦੇ ਇਹਨੂੰ ਮੈਂ ਭੁੱਲ ਗਿਆ ਮੂੰਹ ਦੇ ਕਿੱਦਾਂ ਅੜ ਰਿਹਾ ਅੱਛਾ ਬਾਂਦਰਾਂ ਨੇ ਚਪੇੜਾ ਮਾਰ ਮਾਰ ਕੇ ਉਹਨੂੰ ਖਾਂਦੇ ਨੂੰ ਛੇੜ ਲਿਆ ਉਹਨੇ ਅੱਛਾ ਦੋ ਬਾਂਦਰਾਂ ਅੱਛਾ ਅੱਛਾ ਦੋ ਬਾਂਦਰਾਂ ਨੇ ਵਾਹਾਂ ਵੜ ਲਈ ਆ ਇੱਕ ਬਾਂਦਰ ਨੇ ਚਪੇੜਾ ਅੱਛਾ ਜਿੱਧਰ ਨੂੰ ਜਾਇਆ ਕਰੇ ਉੱਧਰ ਹੀ ਬਾਂਦਰ ਅੱਛਾ ਛੇੜੇ ਨਾ ਬਈ ਬਾਂਦਰਾਂ ਨੂੰ ਆ ਕੇ ਇੱਥੇ ਇੱਕ ਬੰਦੇ ਨੂੰ ਛੇੜ ਲਿਆ ਤਾਂ ਸਾਰਿਆਂ ਨੇ ਪੈ ਜਾਣਾ ਚਪੇੜਾ ਮਾਰ ਦੇ ਜਾਂ ਤਾਂ ਫਿਰ ਹੋਵੇ ਡਾਂਗ ਤਿੰਨਾਂ ਕੋਲ ਫਿਰ ਜਿਹੜਾ ਮਰਜ਼ੀ ਆ ਜੇ ਫਿਰ ਜਿਹੜੇ ਜਿੰਨਾ ਮਰਜ਼ੀ ਬੜਾ ਗਰੁੱਪ ਆ ਜੇ ਫਿਰ ਨਹੀਂ ਬਈ ਡਾਂਗ ਖੋ ਕੇ ਫਿਰ ਉਹਦੀ ਫੇਰ ਦਿੰਦੇ ਹਾਂ ਬਾਂਦਰ ਨਹੀਂ ਨਹੀਂ ਬਾਂਦਰ ਨਹੀਂ ਇੱਦਾਂ ਕਰ ਸਕਦੇ ਜੇ ਡਾਂਗ ਹੋਵੇ ਨਾ ਮੇਰੇ ਕੋਲ ਜਾਂ ਆਪਣੇ ਕੋਲ ਫਿਰ ਨਹੀਂ ਚਾਹੇ ਜਿੰਨੇ ਮਰਜ਼ੀ ਆ ਜਾਣ ਬਾਂਦਰ ਇਹ ਕਲੱਬ ਆ ਦੋਸਤੋ ਕੋਈ ਤੇ ਆਹ ਉਹਦਾ ਕੋਟ ਕੀ ਟੈਨਿਸ ਟੈਨਿਸ ਚਾਈਨੀਜ਼ ਉਹ ਤਾਂ ਦੇਖੋ ਟਿੱਡ ਗਾਡੀ ਉਹ ਕਿੱਡਾ ਮੋਟਾ ਹੈ ਸਟੈਮੇ ਦੀ ਕਿੱਡੀ ਮੋਟੀ ਹੈ ਬੱਲੇ ਬੱਲੇ ਓਏ ਕਿੰਨੇ ਸਾਲ ਇਹਦੀ ਉਮਰ ਹੋਊਗੀ ਦੇਖੋ ਜੁੰਨਾ ਭੋਗ ਜੁੰਨਾ ਭੋਗ ਰਹੀਆਂ ਨੇ 100-100 ਸਾਲ ਉਮਰ ਹੁੰਦੀ ਹੈ ਇਹਨਾਂ ਦੀ ਦੇਖੋ ਪਤਾ ਨਹੀਂ ਕਿੰਨੇ 100 ਸਾਲ ਤਾਂ ਹੋ ਵੀ ਗਿਆ ਹੋਣਾ ਇਹ ਹੈਰਾਨੀ ਹੁੰਦੀ ਹੈ ਦੋਸਤੋ ਆਹ ਚੀਜ਼ ਦੇਖਣ ਵਾਲੀ ਤਾਂ ਦਰਖਤ ਦੇਖੋ ਨੇਚਰ ਦੇਖੋ ਤੁਸੀਂ ਆਜੋ ਆਜੋ ਰੂਟ ਇੰਜੋਏ ਕਰਦੇ ਜਾਓ ਦੋਸਤੋ ਤੁਸੀਂ ਸੁਨਸਾਨ ਹੈ ਇੱਥੇ ਏਰੀਆ
ਇੱਥੇ ਤੇ ਲੋਕ ਦੋਸਤੋ ਰਾਜਸਥਾਨ ਵੱਲ ਨੂੰ ਜਾਂਦੇ ਆ ਗਰਮੀ ਵਾਲੇ ਏਰੀਆ ਚ ਤੇ ਆਪਾਂ ਉੱਥੋਂ ਇੱਧਰ ਨੂੰ ਆਉਂਦੇ ਆ ਰਾਜਸਥਾਨ ਚ ਧੁੱਪੇ ਪੁੱਠੇ ਹੋਏ ਪਏ ਨਹੀਂ ਪਤਾ ਨੀ ਕੁਸੁੱਤੇ ਜਿਹੇ ਟਾਈਮ ਜਾ ਗਏ ਆਪਾਂ ਬਰਫ਼ ਤਾਂ ਪਈ ਨਹੀਂ ਸਾਨੂੰ ਲੱਗਿਆ ਸੀ ਬਰਫ਼ ਪਊਗੀ ਇੱਕ ਵੱਜ ਵੀ ਗਏ ਪਰ ਏਰੀਆ ਬਹੁਤ ਵਧੀਆ ਲੱਗਿਆ ਸੁਨਸਾਨ ਏਰੀਆ ਸ਼ਾਂਤੀ ਭਾਲੂ ਭਾਲੂ ਕਿੱਥੇ ਦੋਸਤੋ ਵਿਊ ਦੇਖ ਸਕਦੇ ਹੋ ਤੁਸੀਂ ਮੇਰੇ ਸਾਹਮਣੇ ਪਿੱਛੇ ਜ਼ੂਮ ਕਰਕੇ ਦਿਖਾਉਂਦੇ ਤੁਹਾਨੂੰ ਤਾਂ ਦੋਸਤੋ ਪਹੁੰਚ ਗਏ ਆਪਾਂ ਲਵਰ ਪੁਆਇੰਟ ਸਨਸੈਟ ਪੁਆਇੰਟ ਵੀ ਇਹਨੂੰ ਕਹਿੰਦੇ ਆ ਆ ਗਿਆ ਦੋਸਤੋ ਅੱਗੇ ਲਵਰ ਪੁਆਇੰਟ ਸਨਸੈਟ ਪੁਆਇੰਟ ਗਰਮੀ ਜਾਏ ਫੁੱਲ ਖਿੰਡ ਦੇ ਅੱਗੇ ਲਵਰ ਪੁਆਇੰਟ ਆ ਇਹ ਸਨਸੈਟ ਪੁਆਇੰਟ ਆ ਹਨਾ ਦੇਖਦੇ ਹਾਂ ਇਹ ਆ ਦੋਸਤੋ ਸਨਸੈਟ ਪੁਆਇੰਟ ਨਹੀਂ ਯਾਰ ਵਿਊ ਤਾਂ ਵਧੀਆ ਆ ਰਿਹਾ ਇੱਥੇ ਆ ਦੇਖੋ ਪਿੱਛੋਂ ਗੱਬੇ ਆਹ ਦੇਖੋ ਟੌਪ ਤੇ ਹੀ ਲੱਗ ਰਹੇ ਅਸੀਂ ਨਾ 600 ਫੁੱਟ 6100 ਫੁੱਟ ਇਹ ਤਾਂ ਹੈਗੀ ਕਾਫੀ ਹੈ ਯਾਰ ਤਾਂ ਦੇਖ ਸਕਦੇ ਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਸੀਂ ਕੀ ਲਵਰ ਪੁਆਇੰਟ ਅੱਗੇ ਆ ਉੱਧਰ ਚੱਲਦੇ ਫਿਰ ਮਾੜਾ ਹੀ ਹੋਣਾ ਪੁੱਛ ਲੈਂਦੇ ਕਿਸੇ ਤੋਂ ਆਹੀ ਆ ਪੁੱਛ ਲਿਆ ਇਹਨਾਂ ਬੰਦਿਆਂ ਤੋਂ ਡੌਗੀ ਟੌਮੀ ਦੋਸਤੋ ਪਾਰਟ 3 ਵਿੱਚ ਮੈਂ ਤੁਹਾਨੂੰ ਦਿਖਾਊਂਗਾ ਇੱਕ ਚਰਚ ਅੰਗਰੇਜ਼ਾਂ ਦੇ ਜ਼ਮਾਨੇ ਦਾ ਚਰਚ ਬਹੁਤ ਪੁਰਾਣਾ ਵਾ ਅੰਦਰੋਂ ਵੀ ਦਿਖਾਊਂਗਾ ਤੁਹਾਨੂੰ ਅਤੇ ਹੋਰ ਆਸ ਪਾਸ ਦੀ ਲੋਕੇਸ਼ਨ ਤਾਂ ਉਹ ਪਾਰਟ ਵੀ ਜ਼ਰੂਰ ਦੇਖਿਓ ਅਤੇ ਜਿਨ੍ਹਾਂ ਨੇ ਬਾਬਾ ਜੀ ਦਾ ਸਕੂਲ ਨਹੀਂ ਦੇਖਿਆ ਉਹ ਚੈਪਟਰ 1 ਦੇਖ ਸਕਦਾ ਤਾਂ ਮਿਲਦਾ ਫਿਰ ਅਗਲੇ ਵਲੌਗ 'ਚ ਟੇਕ ਕੇਅਰ ਬਾਏ ਬਾਏ